ਪਿਛਲੇ ਮਹੀਨੇ 22 ਸਪਟੰਬਰ ਨੂੰ ਲੇਟ ਨਾਈਟ ਭੋਗਪੁਰ ਥਾਣੇ ਦੇ ਏਰੀਏ ਦੇ ਵਿੱਚ ਇੱਕ ਸਨਸਨੀਖੇਜ਼ ਵਾਰਦਾਤ ਹੋਈ ਸੀ, ਜਿਹਦੇ ਵਿੱਚ ਜਸਪਾਲ ਸਿੰਘ ਏਲੀਏ ਸ਼ਾਲੂ ਨਾਂ ਦੇ ਮੁੰਡੇ ਨੂੰ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੰਸੇਸ਼ਨਲ ਮਾਮਲਾ ਸੀਗਾ, 2-3 ਜਿਹੜੀਆਂ ਗੋਲੀਆਂ ਉਹਦੇ ਸਿਰ 'ਚ ਮਾਰੀਆਂ ਗਈਆਂ ਸਨ, ਮੌਕੇ 'ਤੇ ਉਹਦੀ ਮੌਤ ਹੋ ਗਈ ਸੀ। ਇਮੀਡੀਏਟਲੀ ਇਹਦੇ ਵਿੱਚ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਸੀ, ਜਿਨ੍ਹਾਂ ਨੇ ਪ੍ਰੋਂਪਟ ਕਾਰਵਾਈ ਕਰਦੇ ਤਕਰੀਬਨ 7 ਦਿਨਾਂ ਦੇ ਵਿੱਚ ਜਿਹੜੇ 3 ਅਕਿਊਜ਼ਡ ਇਸ ਮੁਕੱਦਮੇ ਦੇ ਅਰੈਸਟ ਕਰ ਲਏ ਸੀ ਔਰ ਮੁਕੱਦਮਾ ਟਰੇਸ ਕਰ ਲਿਆ ਸੀ। ਸਾਨੂੰ ਉਹਨਾਂ ਕੋਲੋਂ ਉਸ ਟਾਈਮ 'ਤੇ 2 ਵੈਪਨ ਮਿਲੇ ਸੀਗੇ, ਇੱਕ ਪਿਸਟਲ ਮਿਲਿਆ ਸੀ, ਇੱਕ ਕੰਟਰੀਮੈਨ ਲੋਕਲ ਜਿਹੜਾ ਦੇਸੀ ਪਿਸਤੌਲ ਮਿਲਿਆ ਸੀ। ਉਹਨਾਂ ਦੀ ਇੰਟੈਰੋਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਵੀ ਉਹ ਜਿਨ੍ਹਾਂ ਨੇ ਮੇਨ ਮਾਸਟਰ ਮਾਈਂਡ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਦੇ ਸਾਥੀ ਸੀਗੇ, ਉਹਨਾਂ ਨੇ ਹੈਲਪ ਕੀਤੀ ਸੀਗੀ ਇਸ ਕਤਲ ਦੇ ਵਿੱਚ। ਬਟ 1 ਮਹੀਨੇ ਦੀ ਲੰਬੀ ਤਫਤੀਸ਼ ਤੋਂ ਬਾਅਦ ਸਾਨੂੰ ਇਹ ਜਾਣਕਾਰੀ ਮਿਲੀ ਵੀ ਇਹ ਬੰਦੇ ਪੁਲਿਸ ਤੋਂ ਡਰਦੇ ਹੋਏ ਕੰਟਰੀ ਛੱਡ ਕੇ ਭੱਜ ਸਕਦੇ ਆ, ਇਹ ਕੋਸ਼ਿਸ਼ ਕਰ ਸਕਦੇ। ਅਸੀਂ ਟਾਈਮਲੀ ਏਅਰਪੋਰਟ ਸਾਰੀਆਂ ਇੰਡੀਆ ਦੀ ਏਅਰਪੋਰਟ ਉਹਨਾਂ 'ਤੇ ਇਨਫੋਰਮੇਸ਼ਨ ਦਿੱਤੀ ਸੀ। LOC ਸਾਡਾ ਇੱਕ ਪ੍ਰੋਸੀਜਰ ਹੁੰਦਾ, ਉਹਦੇ ਉੱਪਰ ਇਤਲਾਹ ਕੀਤੀ ਗਈ ਸੀ ਵੀ ਜੇ ਬੰਦੇ ਆਉਣਗੇ ਤਾਂ ਸਾਨੂੰ ਪਤਾ ਲੱਗੇ, ਪੁਲਿਸ ਇਹਨਾਂ ਨੂੰ ਅਰੈਸਟ ਕਰ ਸਕੇ। ਔਰ ਉਸੇ ਤਰੀਕੇ ਦੇ ਨਾਲ SHO ਭੋਗਪੁਰ ਨੇ ਚੰਡੀਗੜ੍ਹ ਏਅਰਪੋਰਟ ਤੋਂ, ਇੰਟਰਨੈਸ਼ਨਲ ਏਅਰਪੋਰਟ ਤੋਂ ਜਿਹੜਾ ਮਾਸਟਰ ਮਾਈਂਡ ਸੀ ਇਸ ਵਾਰਦਾਤ ਦਾ, ਅਰੁਣ ਕੁਮਾਰ ਏਲੀਅਸ ਆੜੂ, ਇਹ ਵੀ ਗੁਰੂ ਨਾਨਕ ਨਗਰ ਭੋਗਪੁਰ ਦਾ ਰਹਿਣ ਵਾਲਾ ਹੈਗਾ, ਵਾਰਡ ਨੰਬਰ 6 ਦਾ। ਇਸ ਬੰਦੇ ਦੀ ਸ਼ਾਲੂ ਦੇ ਨਾਲ ਕੋਈ ਅਣਬਣ ਸੀਗੀ, ਕੋਈ ਰੰਜਿਸ਼ ਸੀਗੀ। ਜਿਸ ਦਿਨ ਇਹ ਕਤਲ ਹੋਇਆ ਇਹਨਾਂ ਨੇ ਉਹਦਾ ਪਿੱਛਾ ਕੀਤਾ, ਉਹਦੀ ਰੈਕੀ ਕੀਤੀ ਔਰ ਜਦੋਂ ਲੇਟ ਨਾਈਟ ਉਹ ਆਪਣੇ ਘਰ ਨੂੰ ਜਾ ਰਿਹਾ ਸੀਗਾ, ਤਕਰੀਬਨ ਰਾਤ ਦੇ 9-9:30 ਵਜੇ ਦੀ ਗੱਲ ਹੈਗੀ ਹੈ, ਉਦੋਂ ਉਹਨੂੰ ਇਕੱਲਾ ਦੇਖ ਕੇ ਇਹਨਾਂ ਨੇ ਉਹਦੇ 'ਤੇ ਫਾਇਰ ਕੀਤੇ ਔਰ ਉਹਨੂੰ ਮੌਕੇ 'ਤੇ ਮਾਰਤਾ। ਇਸ ਬੰਦੇ ਨੂੰ ਅਸੀਂ ਏਅਰਪੋਰਟ ਤੋਂ ਚੰਡੀਗੜ੍ਹੋਂ ਅਰੈਸਟ ਕਰ ਲਿਆ। ਇਹਦੀ ਇੰਟੈਰੋਗੇਸ਼ਨ ਤੋਂ ਬਾਅਦ ਇਹਦੇ ਹੋਰ 2 ਸਾਥੀ ਜਿਹੜੇ ਆ ਅਸੀਂ ਉਹ ਵੀ ਅਰੈਸਟ ਕੀਤੇ ਆ, ਜਿਨ੍ਹਾਂ ਦੇ ਨਾਮ ਹੈਗੇ ਨੇ ਮਨਦੀਪ ਕੁਮਾਰ ਏਲੀਅਸ ਮਨੀ, ਇਹ ਵੀ ਗੁਰੂ ਨਾਨਕ ਨਗਰ ਭੋਗਪੁਰ ਦਾ ਰਹਿਣ ਵਾਲਾ ਹੈਗਾ, ਅਤੇ ਇੱਕ ਹੋਰ ਜਿਹੜਾ ਸਾਥੀ ਇਹਨਾਂ ਦਾ ਰਣਜੀਤ ਕੁਮਾਰ ਏਲੀਅਸ ਕਾਕਾ ਭਈਆ, ਉਹਨੂੰ ਵੀ ਅਰੈਸਟ ਕੀਤਾ। ਇਹਨਾਂ ਦੇ ਕੋਲੋਂ ਸਾਨੂੰ 3 ਵੈਪਨਸ, ਬੜੇ ਸਫਿਸਟੀਕੇਟਡ ਵੈਪਨ ਨੇ, 3 ਕੰਟਰੀ ਮੇਡ ਨੇ ਬਟ ਬੜੇ ਅੱਛੇ ਬਣੇ ਹੋਏ ਨੇ ਪਿਸਤੌਲ ਜਿਹੜੇ ਆ ਉਹ ਬਰਾਮਦ ਕੀਤੇ ਆ 80-32 ਬੋਰ ਦੇ, ਨਾਲ ਲਾਈਵ ਕਾਟਰਜਿਸ ਵੀ ਮਿਲੇ ਹੈਗੇ ਆ। ਸੋ ਟੋਟਲ ਇਸ ਸਾਰੇ ਮਡੂਲ ਕੋਲੋਂ ਅਸੀਂ 5 ਵੈਪਨ ਜਿਹੜੇ ਹੈਗੇ ਆ ਉਹ ਬਰਾਮਦ ਕਰ ਲਏ, ਜਿਹੜੇ ਇਹਨਾਂ ਨੇ ਵਾਰਦਾਤ ਵਿੱਚ ਵਰਤੇ ਵੀ ਸੀਗੇ। ਜਿਹੜੇ ਮੋਟਰਸਾਈਕਲ ਦੇ ਉੱਪਰ ਆ ਕੇ ਇਹਨਾਂ ਨੇ ਵਾਰਦਾਤ ਕੀਤੀ ਸੀਗੀ, ਸਪਲੈਂਡਰ ਮੋਟਰਸਾਈਕਲ, ਉਹ ਵੀ ਇਹਨਾਂ ਦੀ ਇੰਟੈਰੋਗੇਸ਼ਨ ਤੋਂ ਬਾਅਦ ਬਰਾਮਦ ਕੀਤਾ ਜਾ ਚੁੱਕਾ ਹੈ। ਇਹ ਸਾਰੇ ਖੇਲ ਦੇ ਵਿੱਚ ਇਹ ਪਤਾ ਲੱਗਦਾ ਸੀਗਾ ਵੀ ਇਹਨਾਂ ਮੁੰਡਿਆਂ ਕੋਲੋਂ ਇੰਨੇ ਵੈਪਨ ਕਿੱਥੋਂ ਆ ਗਏ। ਉਹ ਜਦੋਂ ਇੰਟੈਰੋਗੇਸ਼ਨ ਉਸ ਪੁਆਇੰਟ 'ਤੇ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਵੀ ਰਣਜੀਤ ਨਾਂ ਦਾ ਬੰਦਾ ਜਿਹੜਾ ਅਸੀਂ ਅਰੈਸਟ ਕੀਤਾ ਹੈਗਾ, ਇਹ ਮਾਈਗ੍ਰੈਂਟ ਹੈਗਾ, ਇਹ ਪਿੱਛੋਂ ਬਿਹਾਰ ਮੁਜ਼ੱਫਰਨਗਰ ਜਿਹੜਾ ਹੈਗਾ ਆ ਉੱਥੋਂ ਦਾ ਰਹਿਣ ਵਾਲਾ, ਇਹ ਮੇਨ ਸਪਲਾਇਰ ਸੀਗਾ ਜਿਹੜਾ ਉੱਥੋਂ ਵੈਪਨਸ ਜਿਹੜੇ ਹੈਗੇ ਲਿਆਉਂਦਾ ਸੀ ਬੜੇ ਘੱਟ ਨੋਮੀਨਲ ਰੇਟਸ ਦੇ ਉੱਪਰ, ਔਰ ਇੱਥੇ ਜਿਹੜੇ ਇੱਦਾਂ ਦੇ ਬਦਮਾਸ਼ ਬੰਦੇ ਸੀਗੇ ਉਹਨਾਂ ਨੂੰ ਇਹ ਚੰਗੇ ਮਹਿੰਗੇ ਰੇਟ ਦੇ ਉੱਪਰ ਵੇਚ ਦਿੰਦਾ ਸੀ, 40,000 ਰੁਪਈਆ, 60,000 ਰੁਪਈਆ ਇਸ ਰੇਟ ਦੇ ਉੱਪਰ ਉਹਨੇ ਵੈਪਨ ਇਹਨਾਂ ਨੂੰ ਦਿੱਤੇ ਸੀ। ਅਸੀਂ ਸਪਲਾਇਰ ਵੀ ਅਰੈਸਟ ਕੀਤਾ, ਉਹਦੀ ਉਹਨਾਂ ਦਾ ਅੱਜ ਰਿਮਾਂਡ ਲੈ ਰਹੇ ਹੈਗੇ ਹਾਂ, ਉਹਨਾਂ ਦੀ ਹੋਰ ਇੰਟੈਰੋਗੇਸ਼ਨ ਹੋਏਗੀ। ਜਿਹੜੇ ਇਹਨਾਂ ਤੋਂ ਇਲਾਵਾ ਹੋਰ ਉਹਨੇ ਕਿੰਨੇ ਅਸਲੇ ਲਿਆਂਦੇ, ਕਿੱਥੇ ਕਿੱਥੇ ਦਿੱਤੇ ਹੈਗੇ ਆ, ਸਾਰੀਆਂ ਫੋਰਵਰਡ ਔਰ ਬੈਕਵਰਡ ਲਿੰਕੇਜਿਸ ਜਿਹੜੀਆਂ ਹੈਗੀਆਂ ਉਹ ਐਕਸਪਲੋਰ ਕੀਤੀਆਂ ਜਾਣਗੀਆਂ। ਮੈਂ ਫਿਰ ਇੱਕ ਵਾਰੀ ਇਹ ਗੱਲ ਦੁਹਰਾਉਣਾ, ਪੰਜਾਬ ਗੌਰਮੈਂਟ ਦੀ, CM ਸਾਹਿਬ ਦੀ, DGP ਸਾਹਿਬ ਦੀ ਬੜੀ ਕਲੀਅਰ ਕੱਟ ਪਾਲਿਸੀ ਹੈਗੀ ਆ ਵੀ ਕੋਈ ਵੀ ਔਰਗਨਾਈਜ਼ ਕ੍ਰਾਈਮ, ਕੋਈ ਵੈਪਨ ਸਪਲਾਈਂਗ ਦਾ ਨੈਟਵਰਕ ਪੰਜਾਬ 'ਚ ਬਰਦਾਸ਼ਤ ਨਹੀਂ ਕੀਤਾ ਜਾਊਗਾ। ਜਿਹੜਾ ਵੀ ਇੱਦਾਂ ਦੀ ਹਰਕਤ ਕਰਦਾ ਉਹਨੂੰ ਇਮੀਡੀਏਟਲੀ ਲੋਫੁਲੀ ਜਿਹੜਾ ਹੈਗਾ ਉਹਨੂੰ ਕਾਨੂੰਨ ਦਾ ਸਾਹਮਣਾ ਕਰਨਾ। ਥੈਂਕ ਯੂ।